ਸੋ ਅੱਜ ਪੂਰੇ ਪੰਜਾਬ ਦੇ ਵਿਚ ਇਸ ਤਰ੍ਹਾਂ ਹੋ ਰਿਹਾ ਅੱਜ ਜਗ੍ਹਾ ਜਗ੍ਹਾ ਤੇ। ਮੇਰੇ ਕੋਲ ਇੱਕ ਵੀਡੀਓ ਆਈ ਆ, ਮੋਗੇ ਕੋਲ ਇੱਕ ਮੁੰਡੇ ਦਾ ਵਿਆਹ ਸੀ, ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਸ਼ਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ। ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ, ਕਦੇ ਮਾਮਾ ਨਹੀਂ ਆਇਆ, ਕਦੇ ਭੂਆ ਰੁੱਸ ਗਈ, ਕੀ ਕਰੀਏ ਹੁਣ। ਸੋ ਇਸ ਕਰਕੇ ਇਹ ਜਿਹੜੀਆਂ ਖੱਜਲ ਖੁਆਰੀਆਂ ਨੇ ਬੰਦ ਕਰਨੀ। ਦਿੱਲੀ ਦੇ ਵਿਚ ਅਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ, ਪਰ ਕਿਉਂਕਿ ਦਿੱਲੀ ਆ, ਉੱਥੇ ਚੱਲਣ ਨਹੀਂ ਦਿੰਦੇ, ਉੱਥੇ ਆਪਦੀਆਂ ਮਰਜ਼ੀਆਂ ਕਰਦੇ ਆ। ਪਰ ਪੰਜਾਬ ਹੈ, ਪੰਜਾਬ ਆਪਦੀ ਮਰਜ਼ੀ ਕਰਦਾ, ਪੰਜਾਬੀ ਆਪਦੀਆਂ ਮਰਜ਼ੀਆਂ ਕਰਦੇ ਆ। ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ, ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ। ਦਫ਼ਤਰਾਂ ਚ ਰੁਲਣਾ ਨਹੀਂ ਪਊਗਾ, ਹੁਣ ਖੱਜਲ ਖੁਆਰੀਆਂ ਨਹੀਂ ਹੋਣਗੀਆਂ। ਛੋਟੇ ਛੋਟੇ ਕੰਮ ਨੇ, ਕੰਮ ਜਮੀ ਕੋਈ ਖਾਸ ਨਹੀਂ ਹੈਗੇ। ਬੀਸੀ ਸਰਟੀਫਿਕੇਟ ਲੈਣਾ, ਕੁੜੀ ਬੀਸੀ ਹੈ, ਮੁੰਡਾ ਬੀਸੀ ਹੈ, ਸਰਟੀਫਿਕੇਟ ਲੈਣਾ ਪਰਸੋਂ ਨੂੰ ਆਈ, ਕੱਲ ਨੂੰ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੰਘ ਜਾਂਦੀ ਉਹਨੇ ਚਰਚ। ਉਹ ਜਿਹੜਾ ਆਈ ਆਈ ਹੁੰਦਾ ਨਾ, ਅਸਲ ਚ ਆਈ ਆਈ ਨਹੀਂ ਹੁੰਦਾ, ਉਹ ਲਿਆਈ ਲਿਆਈ ਹੁੰਦਾ ਅਸਲ ਚ। ਆਈ ਜਿੰਨਾ ਮਰਜ਼ੀ ਜਾਓ ਉਹ ਨਹੀਂ ਆਉ, ਦੁਬਾਰੇ ਕਹੀ ਜਾਣਗੇ ਫਿਰ ਏਦਾਂ ਆਈ ਫਿਰ ਏਦਾਂ ਆਈ, ਜਿੱਦਾਂ ਕੁਛ ਲਿਆਓਗੇ ਉਦਾਂ ਨਹੀਂ ਕਹਿੰਦੇ ਵੀ ਹੁਣ ਆਈ, ਕਹਿੰਦੇ ਬਹੁਤ ਹੋ ਗਿਆ ਕੰਮ ਤੇ। ਸੋ ਇਹ ਬੰਦ ਕਰਨਾ। ਕਾਹਦੇ ਮੁੱਖ ਮੰਤਰੀ ਬਣੇ ਫਿਰ, ਜੇ ਕੁਝ ਲੋਕਾਂ ਵਾਸਤੇ ਕੀਤਾ ਹੀ ਨਹੀਂ, ਜੇ ਪਹਿਲਾਂ ਆਉਣਿਆਂ ਵਾਂਗੂ ਹੀ ਅਸੀਂ ਬਹਿ ਕੇ ਮੁੜ ਗਏ, ਫਿਰ ਕੀ ਫਾਇਦਾ ਹੋਇਆ ਜੀ? ਫਿਰ ਤਾਂ ਮੈਂ ਉਹੀ ਕੰਮ ਕਰ ਲੈਂਦਾ ਜਿਹੜਾ ਕਰੀ ਜਾਂਦਾ ਸੀ, ਉਹ ਕਿਹੜਾ ਮਾੜਾ ਕੰਮ ਸੀ? ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ, ਉਹ ਚ ਤਾਂ ਤਾੜੀਆਂ ਪੈਂਦੀਆਂ ਸੀ, ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ।